ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਲੱਖਾਂ ਆਸਟ੍ਰੇਲੀਆ ਪੇਜਿਸ ਦੀ ਪਤਨੀ ਪਰ ਬਾਤ ਸੋਰੀ ਨੂੰ ਦਿਖਾਈ ਜਿਹੜਾ ਕਦੇ ਸੋਚੇ ਵੀ ਨਹੀਂ ਸੀ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸੁਣਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਪ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਵੱਡੀ ਖਬਰ ਆ ਚੁੱਕੀ ਹੈ ਸਾਲ 2013 ਦੇ ਵਿੱਚ ਕਾਸ਼ ਦਾ ਵਿਆਹ ਗੁਰਮੀਤ ਸਿੰਘ ਦੀ ਪਤਨੀ ਪਵਨੀਤ ਕੋਰ ਦੇ ਨਾਲ ਕੀਤਾ ਗਿਆ ਪਵਨੀ ਰੂਸ ਸਮੇਂ ਪਲੱਸ 2 ਪਾਸਿਓ ਵਾਇਲਡਸ ਦੀ ਪੜਾਈ ਕਰਕੇ ਵਿਦੇਸ਼ ਜਾਣਾ ਚਾਹੁੰਦੀ ਸੀ ਉਸਦੇ ਪਰਿਵਾਰ ਨੇ ਕਿਹਾ ਕਿ ਪਵਨੀਤ ਬਾਹਰ ਜਾ ਕੇ ਕਾਸ਼ ਨੂੰ ਬੁਲਾ ਲੇਗੀ ਪਵਨੀਤ ਦੇ ਪਿਤਾ ਗੁਰਮੀਤ ਸਿੰਘ ਨੇ ਉਸ ਦੀ ਪਤਨੀ ਧਰਮਵੀਰ ਕੋਰ ਦੇ ਉਹਨਾਂ ਦੀ ਯਕੀਨ ਦਿਵਾਇਆ ਕਿ ਪਵਨੀਤ ਕਾਸ਼ ਨੂੰ ਆਸਟ੍ਰੇਲੀਆ ਬੁਲਾਏਗੀ ਪਰ ਪੀਆਰ ਕਰਵਾ ਦੇਗੀ ਜੀ ਹਾਂ ਵਿਆਹ ਦਾ ਸਾਰਾ ਖਰਚ ਵੀ ਲੜਕੇ ਦੇ ਪਰਿਵਾਰ ਨੇ ਕੀਤਾ ਉਹਨਾਂ ਦੱਸਿਆ ਇੱਕ ਪਵਨੀਤ ਕੋਰ ਨੇ ਤਿੰਨ ਵਾਰ ਆਈਲਟਸ ਦਾ ਪੇਪਰ ਦਿੱਤਾ ਸੀ ਇਸ ਤੋਂ ਬਲਾਵਾ ਉਸ ਦੇ ਆਸਟ੍ਰੇਲੀਆ ਦੇ ਕਾਲਜ ਦੀ ਫੀਸ ਟਿਕਟ ਤੇ ਸ਼ਾਪਿੰਗ ਦੀ ਲਈ ਉਹਨਾਂ ਨੇ ਲੱਖਾਂ ਰੁਪਏ ਖਰਚ ਕੀਤੇ ਉਸਲਾ ਵਿਦੇਸ਼ ਜਾਣ ਵਾਲੇ ਦਿਨ ਪਵਨੀਤ ਨੂੰ 15000 ਡਾਲਰ ਖਰਚ ਕਰਨ ਲਈ ਨਾਲ ਵੀ ਦਿੱਤੇ ਉਹਨਾਂ ਇਹ ਵੀ ਕਹਿ ਕਿ ਜੇਕਪ ਭਵਨਿਤ ਆਕਾਸ਼ ਨੂੰ ਆਸਟ੍ਰੇਲੀਆ ਜਾ ਕੇ ਪੀਆਰ ਨੇ ਕਰਵਾ ਸਕੀ ਤਾਂ ਉਹ ਸਾਰੇ ਪੈਸੇ ਵਾਪਸ ਕਰੇਗੀ ਪਰ ਆਸਟ੍ਰੇਲੀਆ ਜਾਣ ਤੋਂ ਬਾਅਦ ਭਵਨਿਤ ਨੇ ਆਪਣੇ ਪਤੀ ਆਕਾਸ਼ ਨਾਲ ਗੱਲਬਾਤ ਕਰਨੀ ਘੱਟ ਕਰ ਦਿੱਤੀ ਅਤੇ ਉਸ ਨੂੰ ਆਪਣੇ ਕੋਲ ਬੁਲਾਉਣ ਲਈ ਲਾਰੇ ਲਾਉਣੇ ਸ਼ੁਰੂ ਕਰ ਦਿੱਤੇ ਜਦੋਂ ਭਵਨਿਤ ਦੀ ਪੜਾਈ ਮੁਕੰਮਲ ਹੋ ਗਈ ਤਾਂ ਉਹਨਾਂ ਨੇ ਆਕਾਸ਼ ਨੂੰ ਆਸਟ੍ਰੇਲੀਆ ਲਈ ਕਿਹਾ ਕੀਤਾ ਕਾफी ਕਹੇ ਸੁਨੇ ਤਾਂ ਬਾਅਦ ਉਸਨੇ ਬਹੁਤ ਮੁਸ਼ਕਿਲ ਦੇ ਨਾਲ ਉਸ ਨੂੰ ਬੁਲਾਇਆ ਪ੍ਰਕਾਸ਼ ਦੇ ਵਿਦੇਸ਼ ਭੋषण ਤੋਂ ਬਾਅਦ ਪਵਨੀਤ ਨੇ ਉਸ ਦਮ 2 ਨੰਬਰ ਬਲੌਕ ਕਰ ਦਿੱਤਾ ਤੇ ਉਸਨੇ ਕੋਈ ਗੱਲਬਾਤ ਨਹੀਂ ਕੀਤੀ ਪਵਨੀਤ ਦੇ ਸੋਰਾ ਪਰਿਵਾਰ ਨੇ ਇਹ ਦੋਸ਼ ਲਾਇਆ ਹੈ ਕਿ ਉਹਨਾਂ ਨੇ ਕਰੀਬ 1.7 ਲੱਖ ਜਿਹਾ ਕਰੋੜ ਰੁਪਏ ਖਰਚੇ ਨੇ ਨਾਲ ਲੱਖ ਰੁਪਏ ਦੀ ਧੋਖਾਧੜੀ ਹੈ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਏਗੀ ਬਾਕੀ ਖਬਰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਸ਼ਾ ਹੈ